ਉਹ ਚਲੋ ਯਾਰ ਫਿਰ ਦੇਰ ਹੋ ਜਾਣੀ ਆ ਧੁੱਪ ਚੜ੍ਹਦੀ ਪਈ ਆ ਚਲੋ ਚਲੋ ਭਾਜੀ ਮੈਂ ਤਾਂ ਤਿਆਰ ਆ ਆਪਾਂ ਨਿਕਲੀਏ ਟਾਈਮ ਨਾਲ ਚਲੋ ਯਾਰ ਲਾਰੀ ਨਾ ਲੰਘ ਜੇ ਆ ਜਾਓ ਯਾਰ ਆ ਜਾਓ ਮੈਂ ਵੀ ਕਹਿਣ ਡਿਆ ਵੀ ਟਾਈਮ ਨਾਲ ਪਹੁੰਚੀਏ ਉੱਥੇ ਜਾ ਕੇ ਆਪਾਂ ਇਹ ਨਹੀਂ ਹੁਣ ਟਾਕੀ ਮਾਰੀ ਜਾਵੀ ਕਿਤੇ ਵੀ ਮੋੜੇ ਵੀ ਲਿਆ ਕੇ ਬਾਹਰ ਆਖੀ ਯਾਰ ਢਿੱਲੇ ਬੰਦੇ ਜੇ ਤੁਸੀਂ ਖੁਦਾ ਦੀ ਕਿਸਮਤ ਤੁਹਾਡੀ ਸਮਝ ਨਹੀਂ ਲੱਗਦੀ ਉੱਥੇ ਅਮਰੀਕਾ ਦੇ ਵਿੱਚ ਕੰਮ ਕਹਿਣਾ ਨਹੀਂ ਪੈਂਦਾ ਉਸੇ ਟਾਈਮ ਅਗਲੇ ਕਰਕੇ ਵਿਹਲੇ ਹੁੰਦੇ ਨੇ ਐਡੇ ਤੇਜ਼ ਮੁਲਾਜ਼ਮ ਨੇ ਅਮਰੀਕਾ ਦੇ ਮੇਰੇ ਜਿੰਨਾ ਹਿਸਾਬ ਹੀ ਕੋਈ ਨਹੀਂ ਤੁਹਾਨੂੰ ਵੀ ਇੱਕ ਕੰਮ 30 ਵਾਰੀ ਕਹਿਣਾ ਪੈਂਦਾ ਹੱਦ ਮੁੱਕ ਗਈ ਹੈ ਇਹਨੂੰ ਸਿੱਧੀ ਤਰ੍ਹਾਂ ਲਿਖੀ ਇੰਜ ਕਰਕੇ ਸਿੱਧੀ ਤਰ੍ਹਾਂ ਸਿੱਧੀ ਤਰ੍ਹਾਂ ਬੈਠੇ ਨੇ ਢਿੱਲੇ ਬੜੇ ਜੇ ਯਾਰ ਤੁਸੀਂ ਤਾਂ ਵਾਹ ਬਈ ਵਾਹ ਮਿਲ ਗਏ ਵਾਹ ਜੀ ਵਾਹ ਵਾਹ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਜੀ ਕੀ ਹਾਲ ਜੀ ਭਾਜੀ ਕੀ ਹਾਲ ਸ਼ੁਕਰ ਵਾਹ ਸਲਾਮ ਲੰਗ ਭਾਜੀ ਵਾਹ ਸਲਾਮ ਬੈਠੋ ਹੋਰ ਭਾਜੀ ਠੀਕ ਠਾਕ ਹਾਂਜੀ ਹਾਂਜੀ ਸੁਣਾਓ ਅਮਰੀਕਾ ਵਾਲੇ ਸਾਰੇ ਠੀਕ ਠੂਕ ਆ ਆ ਠੀਕੇ ਠੂਕ ਵਾਲੇ ਗੱਲਾਂ ਹੋ ਗਈਆਂ ਤੁਹਾਨੂੰ ਮੈਂ ਬਿਮਾਰ ਲੱਗਣਾ ਨਹੀਂ ਮੈਂ ਅਸੀਂ ਤੇ ਤੁਹਾਨੂੰ ਮਿਲਣ ਆਏ ਸੀਗੇ ਤੁਸੀਂ 10 ਸਾਲ ਬਾਅਦ ਆਏ ਅਮਰੀਕਾ ਤੋਂ ਤੇ ਅਸੀਂ ਕਿਹਾ ਭਾਜੀ ਨੂੰ ਮਿਲ ਲਈਏ ਜਾ ਕੇ ਹਾਂਜੀ 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 ਕਿੱਦਾਂ ਤੁਰੇ ਫਿਰਦੇ ਜੀ ਵਿਹਲੇ ਦੇ ਵਿਹਲੇ ਹੀ ਜਿਹਦੇ ਤੁਹਾਨੂੰ ਛੱਡ ਕੇ ਗਿਆ ਸਾਂ 10 ਸਾਲ ਪਹਿਲਾਂ ਉੱਥੇ ਤੇ ਉੱਥੇ ਹੀ ਜੇ ਨਹੀਂ ਜੀ ਨਹੀਂ ਕਰਦੇ ਆ ਜੀ ਕੰਮ ਤੇ ਕੋਈ ਮਾੜਾ ਮੋਟਾ ਅਸੀਂ ਕਰਦੇ ਹੀ ਆ ਜੀ ਹਾਂਜੀ ਉਹ ਕਿੱਦਾਂ ਜੀ ਅਮਰੀਕਾ ਵਾਲੇ ਅੰਗਰੇਜ਼ ਸਾਡੇ ਭੈਣ ਭਰਾ ਉਹ ਕਿੱਦਾਂ ਠੀਕ ਆ ਜੀ ਉਹ ਤੁਹਾਡੇ ਭੈਣ ਭਰਾ ਕਿੱਦਾਂ ਹੋ ਗਏ ਉਹ ਅੰਗਰੇਜ਼ ਤੁਸੀਂ ਵਿਹਲੇ ਇੱਥੇ ਨਿਕੰਮੇ ਪਾਕਿਸਤਾਨੀ ਐਡਾ ਤੂੰ ਕਿਤੇ ਰਹਿੰਦਾ ਮਿਸਟਰ ਬੁਸ਼ ਦਾ ਭਤੀਜਾ ਨਹੀਂ ਜੀ ਮਿਸਟਰ ਬੁਸ਼ ਦਾ ਭਤੀਜਾ ਨਹੀਂ ਤੇ ਮਿਸਟਰ ਬਸ਼ੀਰ ਦਾ ਭਤੀਜਾ ਤੇ ਹੈਗਾ ਹੀ ਆ ਨਾ ਵਾਹ ਜੀ ਵਾਹ ਕਿੱਥੇ ਮਿਸਟਰ ਬਸ਼ੀਰ ਤੇ ਕਿੱਥੇ ਮਿਸਟਰ ਬੁਸ਼ ਰਿਸ਼ਤੇਦਾਰੀਆਂ ਕੱਢਦੀਆਂ ਤਾਂ ਤੁਹਾਡੇ ਤੋਂ ਸਿੱਖੇ ਮਿਸਟਰ ਬਸ਼ੀਰ ਉਹ ਯਾਰ ਚਲੋ ਛੱਡੋ ਇਸ ਗੱਲ ਨੂੰ ਵੀ ਕੀ ਮਿਸਟਰ ਬੁਸ਼ ਤੇ ਕੀ ਬਸ਼ੀਰ ਇਹ ਦੱਸੋ ਵੀ ਤੁਸੀਂ ਹੁਣ ਮਤਲਬ ਜਿੱਦਾਂ ਇੱਥੇ ਖੋਤੀ ਰੇੜੀ ਚਲਾਉਂਦੇ ਸੀ ਉੱਥੇ ਵੀ ਮੈਨੂੰ ਤੇਰੀ ਉਮਰ ਦਾ ਲਿਹਾਜ਼ ਨਾ ਆਉਂਦਾ ਤੇ ਤੈਨੂੰ ਮੈਂ 10 ਪਤਾ ਦਿੰਦਾ ਉੱਥੇ ਖੋਤਾ ਰੇੜੀ ਤੇਰਾ ਪਿਓ ਬਣਾਉਂਦਾ ਇਹ ਕਿਹੜੀ ਗੱਲ ਹੋਈ ਉੱਥੇ ਕਾਰਾਂ ਚੱਲਦੀਆਂ ਨੇ ਕਾਰਾਂ ਅੱਛਾ ਭਾਜੀ ਉੱਥੇ ਵੀ ਭਲਾ ਅਮਰੀਕਾ ਦੇ ਵਿੱਚ ਨਾਈ ਗੋਡਿਆਂ 'ਚ ਸਿਰ ਦੇ ਕੇ ਵਾਲ ਕੱਟ ਕੇ ਕਹਿੰਦਾ ਹੁੰਦਾ ਹਿੱਲੀ ਨਾ ਹਿੱਲੀ ਨਾ ਓਏ ਹੋਏ ਆ ਭਾਈ ਉੱਥੇ ਪਾਰਲਰ ਬਣੇ ਨੇ ਪਾਰਲਰ ਕਨਾਲ ਕਨਾਲ ਦੇ ਵਿੱਚ ਉੱਥੇ ਗੋਰੀਆਂ ਟੱਪਾ 'ਚ ਲੰਮੇ ਪਾ ਕੇ ਮਸਾਜ ਕਰਦੀਆਂ ਨੇ ਤੁਸੀਂ ਹਾਲੇ ਵੀ ਗੋਡਿਆਂ 'ਚ ਸਿਰ ਬਾਹਰ ਨਹੀਂ ਕੱਢਣ ਡੈ ਤੇਰਾ ਮਸਾਜ ਵੀ ਗੋਰੀਆਂ ਹੀ ਕਰਦੀਆਂ ਓਹੋ ਹੋ ਭਾਜੀ ਇਹਦਾ ਮਸਾਜ ਕਰਕੇ ਤੇ ਗੋਰੀਆਂ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਨਾਲ ਹੱਥ ਧੋਂਦੀਆਂ ਹੋਣੀਆਂ ਜਿੱਡੇ ਗੰਦੇ ਇਹਦੇ ਜਰਾਸੀਮ ਨੇ ਭਾਜੀ ਤੇ ਮਾਸ਼ਾਲਾ ਬੜੇ ਸਖੀ ਬੰਦੇ ਨੇ ਗਰੀਬਾਂ 'ਤੇ ਬਹੁਤ ਹੱਥ ਰੱਖਣ ਵਾਲੇ ਨੇ ਅਸੀਂ ਗਰੀਬਾਂ 'ਤੇ ਹੱਥ ਰੱਖਦੇ ਹਾਂ ਮਗਰ ਜਿਹੜਾ ਸਾਡੇ ਨਾਲ ਉੱਚੀ ਨਹੀਂ ਵੀ ਕਰੇ ਅਸੀਂ ਉਹਦੇ 'ਤੇ ਲੱਤ ਵੀ ਰੱਖ ਦਿੰਦੇ ਹਾਂ ਤੇ ਕੋਈ ਐਸੀ ਗੱਲ ਨਹੀਂ ਹਾਂਜੀ ਤੁਸੀਂ ਸਾਡੇ 'ਤੇ ਲੱਤ ਰੱਖੋ ਅਸੀਂ ਘੁੱਟਣ ਲੱਗ ਪਾਂਗੇ ਕਿਉਂ ਬਾਈ ਚਲੋ ਛੱਡੋ ਸ਼ੁਗਲ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ ਤੁਸੀਂ ਹੁਣ 10 ਸਾਲ ਬਾਅਦ ਆਏ ਆ ਅਤੇ ਕੱਲ੍ਹ ਸ਼ਾਮ ਦੀ ਦਾਵਤ ਤੁਹਾਡੀ ਸਾਡੇ ਵੱਲ ਆ ਅਤੇ ਨਾਲੇ ਨਾ ਉਹ ਲਾਗੇ ਇੱਕ ਛੋਟੀ ਜਿਹੀ ਇੱਕ ਦੁਕਾਨ ਹੈਗੀ ਉਹ ਤੁਹਾਨੂੰ ਵਿਖਾਉਣੀ ਸੀ ਬਈ ਆ ਛੋਟੇ ਨੂੰ ਉੱਥੇ ਕਰਿਆਨੇ ਦੀ ਦੁਕਾਨ ਬਣਾ ਦੇਵਾਂਗੇ ਅਤੇ ਤੁਸੀਂ ਤਾਂ ਸਖੀ ਬੰਦੇ ਆ ਤੁਹਾਡੇ ਲਈ ਕਿਹੜਾ ਕੋਈ ਮਸਲਾ ਹੈ ਉਹ ਇਹ ਨਾ ਭਾਜੀ ਕਿ ਨਾਲੇ ਮੁੰਡਾ ਆਰੇ ਲੱਗ ਜਾਏਗਾ ਅਤੇ ਨਾਲੇ ਸਾਡੇ ਘਰ ਦੀ ਰੋਜ਼ੀ ਰੋਟੀ ਚੱਲ ਪੈਗੀ ਹਾਂਜੀ ਉਹ ਦੁਨੀਆ ਅਮਰੀਕਾ ਪਹੁੰਚ ਗਈ ਆ ਉਹ ਤੁਸੀਂ ਹਾਲੇ ਵੀ ਕਰਿਆਨੇ ਦੀ ਦੁਕਾਨਾਂ 'ਚ ਫਸੇ ਜੇ ਇਹ ਛੱਡੋ ਇਹ ਦੁਕਾਨਾਂ 'ਤੇ ਕਰਿਆਨੇ ਮੇਰੀ ਗੱਲ ਸੁਣੋ ਮੈਂ ਇਸ ਮਹੀਨੇ ਵੀ ਇੱਕ ਬੰਦਾ ਅਮਰੀਕਾ ਭੇਜਣਾ ਵਾ ਵੀਜ਼ੇ ਤੁਹਾਨੂੰ ਮੈਂ ਭੇਜ ਦਾਂਗਾ ਟਿਕਟਾਂ ਦੇ ਪੈਸੇ 10 ਲੱਖ ਰੁਪਇਆ ਤੁਸੀਂ ਕਰ ਲਵੋ ਤਾਂ ਉੱਥੇ ਮੇਰੇ ਕੋਲ ਅਮਰੀਕਾ ਆ ਜਾਓ ਉੱਥੇ ਤੁਹਾਨੂੰ ਮੈਂ ਕਿਤੇ ਕੰਮ ਕੁੰਮ ਦਿਲਵਾ ਦਾਂਗਾ 10 ਲੱਖ ਇਕੱਲਾ 10 ਲੱਖ ਨਾਲ ਨਹੀਂ ਸਰਨਾ ਉੱਥੇ ਜਾਣ ਵਾਸਤੇ ਤੁਹਾਨੂੰ ਅੰਗਰੇਜ਼ੀ ਵੀ ਸਿੱਖਣੀ ਪੈਣੀ ਆ ਅੰਗਰੇਜ਼ੀ ਤੋਂ ਬਗੈਰ ਉੱਥੇ ਬੰਦਾ ਫਾਰਗ ਆ ਕਰ ਲੈਂਦੇ ਹਾਂ ਜੀ 10 ਲੱਖ ਦਾ ਵੀ ਅਤੇ ਅੰਗਰੇਜ਼ੀ ਵੀ ਸਿੱਖਣੀ ਪੈਣੀ ਆ ਉਹ ਬਾਈ ਮੈਨੂੰ ਇਹ ਤਾਂ ਦੱਸ ਵੀ ਹਾਮੀ ਤਾਂ ਤੂੰ ਉੱਥੇ ਭਰਿਆ ਆ ਵੀ ਇਹ 10 ਲੱਖ ਰੁਪਈਏ ਦਾ ਬੰਦੋਬਸਤ ਕਰ ਲਾਂਗੇ ਪਰ ਕਿੱਥੋਂ ਉਹ ਬਾਈ ਇੰਜ ਹੀ ਹੁੰਦੀ ਹੈ ਯਾਰ ਦੁਨੀਆ 'ਤੇ ਕੀ ਅਜੀਲਾ ਅਮਰੀਕਾ ਗਿਆ 1 ਕਿੱਲਾ ਵੇਚ ਕੇ ਆਉਂਦੇ ਉਹਨੇ ਅਮਰੀਕਾ ਤੋਂ ਆਣ ਕੇ 5 ਮਰੱਬੇ ਜ਼ਮੀਨ ਲਈ ਹੈ 1 ਕਿੱਲਾ ਵੇਚਿਆ ਅਤੇ 5 ਮਰੱਬੇ ਲਏ ਭਾਅ ਜੀ ਸੋਚੀ ਕੀ ਜਾਂਦੇ ਹੋ ਬਾਈ ਠੀਕ ਕਹਿਣ ਡੇ ਆ ਜੇ ਮਿਸਾਲ ਦੇ ਤੌਰ 'ਤੇ ਮੈਂ ਤੁਹਾਡੀ ਦੋਹਾਂ ਦੀ ਇਹ ਗੱਲ ਮੰਨ ਵੀ ਲਵਾਂ ਅਤੇ ਜਿਹੜਾ ਉਹਨੇ ਕਿਹਾ ਹੈਗਾ ਵਾ ਵੀ ਅੰਗਰੇਜ਼ੀ ਸਿੱਖੋ ਉਹਦਾ ਕੀ ਕਰਨਾ ਅੰਗਰੇਜ਼ੀ ਕਿਹੜਾ ਬੰਦਾ ਐਸਾ ਲਾਇਕ ਹੈ ਜਿਹੜਾ ਅੰਗਰੇਜ਼ੀ ਪੜ੍ਹਾਏਗਾ ਲਓ ਫਿਰ ਬਣ ਗਈ ਗੱਲ ਵੀਰੇ ਕੀ ਓਏ ਆਪਣੇ ਪਿੰਡ ਦਾ ਮਾਸਟਰ ਨਹੀਂ ਮਾਸਟਰ ਜਾਜ ਆਹੋ ਆਹੋ ਉਹਨੇ ਕਿਸ ਦਿਨ ਕੰਮ ਆਉਣਾ ਉਹ ਸਹੀ ਬੰਦਾ ਵੀ ਸਿਖਾਊਗਾ ਸਾਨੂੰ ਅੰਗਰੇਜ਼ੀ ਠੀਕ ਗੱਲਾਂ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਛੇ
ਸਹੀ ਪੜ ਸਹੀ ਪੜ ਸਹੀ ਪੜ ਤਿੰਨ ਦੂਣੀ ਛੇ ਪੰਜ ਦੂਣੀ ਦਸ ਸ਼ਾਬਾਸ਼ ਸ਼ਾਬਾਸ਼ ਹੁਣ ਤੁਹਾਨੂੰ ਮੈਂ ਪੜ੍ਹਾਉਣਾ ਸਬਕ ਏ ਬੀ ਸੀ ਯਾਦ ਆ ਅਲੱਬੇ ਯਾਦ ਆ ਫੀਸ ਲੈ ਕੇ ਆਏ ਆ ਆਪਣੀਆਂ ਆਪਣੀਆਂ ਕਿਤਾਬਾਂ ਕੱਢ ਲਈਆਂ ਸਾਰਿਆਂ ਨੇ ਚਲੋ ਪੜ੍ਹੋ ਏ ਬੀ ਸਤਾਜੀ ਸਲਾਮ ਅਲੈਕਮ ਚਲੋ ਉੱਠੋ ਪਰੇ ਹੋਵੋ ਭੱਜੋ ਤੁਸੀਂ ਪੜ੍ਹ ਲਿਆ ਹੁਣ ਸਾਨੂੰ ਪੜ੍ਹਨ ਦਿਓ ਲਿਆਓ ਜੀ ਬਸਤਾ ਰੱਖੋ ਇੱਥੇ ਆਪਣਾ ਲਿਆਓ ਜੀ ਉਹ ਕਹਦੇ ਬਾਹਰ ਰੱਖੋ ਇਹਨਾਂ ਨੇ ਵੀ ਰੱਖੇ ਅੱਛਾ ਪਿਆਰੇ ਬੱਚੋ ਹਾਂਜੀ ਪੜੋ ਅਲਫ ਅਲਫ ਬੇ ਬੱਕਰੀ ਬੇ ਬੱਕਰੀ ਮੂੰਹ ਵਿੱਚ ਪੱਠੇ ਪੜੋ ਪੇ ਪੰਖਾ ਪੇ ਪੰਖਾ ਉਸਤਾਦ ਜੀ ਆ ਪਿੱਛੇ ਤਾਰ ਹੈ ਨਹੀਂ ਤੇ ਤਿਤਲੀ ਤੇ ਤਿਤਲੀ ਉਸਤਾਦ ਜੀ ਤਿਤਲੀ ਮੇਰੀ ਕਿਤਾਬ ਤੇ ਬੈਠੀ ਹੈ ਇਹਨੂੰ ਉਡਾ ਦਵਾਂ ਇਹ ਕੋਈ ਤਰੀਕਾ ਨਹੀਂ ਹੈ ਇਹ ਕੋਈ ਤਰੀਕਾ ਨਹੀਂ ਹੈ ਇੱਥੇ ਬੱਚੇ ਪੜਨ ਆਉਂਦੇ ਆ ਇੱਥੇ ਬੱਚੇ ਪੜਨ ਆਉਂਦੇ ਆ ਮੈਂ ਨਾ ਜੁੱਤੀਆਂ ਵੀ ਫੇਰਦਾ ਹੁੰਨਾ ਮੈਂ ਨਾ ਜੁੱਤੀਆਂ ਵੀ ਫੇਰਦਾ ਹੁੰਨਾ ਅਸੀਂ ਉੱਲੂ ਦੇ ਪੱਠੇ ਆ ਇਹ ਚ ਕੋਈ ਸ਼ੱਕ ਨਹੀਂ ਤੁਸੀਂ ਇਸ ਪੜ੍ਹਾਈ ਨੂੰ ਕੀ ਗੱਲ ਮਜ਼ਾਕ ਸਮਝਿਆ ਚੁੱਪ ਕਰਕੇ ਆ ਕੇ ਇੱਥੇ ਬਹਿ ਗਏ ਆ ਤੇ ਆ ਕੇ ਜੋ ਮੈਂ ਕਹੀ ਜਾਣ ਡਿਆ ਮਾਹੌਲ ਬਣਾਉਣ ਡਿਆ ਮੇਰਾ ਤੁਸੀਂ ਕਿਹੜੇ ਕੰਮ ਆਏ ਤੁਸੀਂ ਉਸਤਾਦ ਜੀ ਅਸੀਂ ਤਿੰਨੇ ਭਰਾ ਚੱਲੇ ਅਮਰੀਕਾ ਤੇ ਉਹਨਾਂ ਨੇ ਕਿਹਾ ਅੰਗਰੇਜ਼ੀ ਸਿੱਖੋ ਤੇ ਤੁਸੀਂ ਸਾਨੂੰ ਅੰਗਰੇਜ਼ੀ ਦੀ ਤਿਆਰੀ ਕਰਾ ਦਿਓ ਇਸ ਉਮਰ 'ਚ ਨਾ ਅੰਗਰੇਜ਼ੀ ਦੀ ਤਿਆਰੀ ਨਹੀਂ ਕਰੀਦੀ ਉੱਪਰ ਜਾਣ ਦੀ ਤਿਆਰੀ ਕਰੀਦੀ ਆ ਆ ਤੁਹਾਡੀਆਂ ਉਮਰਾਂ ਭਲਾ ਅੰਗਰੇਜ਼ੀ ਸਿੱਖਣ ਵਾਲੀਆਂ ਬਾਬਾ ਜੀ ਤੁਸੀਂ ਨਾ ਅੰਗਰੇਜ਼ੀ ਨਾ ਸਿੱਖੋ ਤੁਸੀਂ ਕਲਮਾ ਪੜ੍ਹਨਾ ਸਿੱਖੋ ਆਖਰੀ ਟਾਈਮ ਤੇ ਕੰਮ ਆਊਗਾ ਤੁਹਾਡੇ ਤੇ ਆਹ ਦੇਖ ਲਓ ਓਏ ਤੂੰ ਨਾ ਖੁਸਰਾ ਲੱਗਦਾ ਤੇ ਅਮਰੀਕਾ 'ਚ ਖੁਸਰਿਆਂ ਦੀ ਕੋਈ ਲੋੜ ਨਹੀਂ ਹੈਗੀ ਉਸਤਾਦ ਜੀ ਗੁੱਸਾ ਨਾ ਕਰੋ ਇੱਕ ਮਹੀਨਾ ਰਹਿ ਗਿਆ ਅਸੀਂ ਜਾਣਾ ਅਮਰੀਕਾ ਤੇ ਸਾਨੂੰ ਅੰਗਰੇਜ਼ੀ ਸਿਖਾ ਦਿਓ ਪੂਰੇ ਪਿੰਡ ਦੇ ਵਿੱਚ ਤੁਹਾਡੇ ਜਿੰਨੀ ਅੰਗਰੇਜ਼ੀ ਆਉਂਦੀ ਕਿਨੂੰ ਆ ਤੇ ਫੀਸ ਅਸੀਂ ਲਾਈ ਮੋਰ ਦੇਵਾਂਗੇ ਕੋਸ਼ਿਸ਼ ਕਰ ਲਊਂਗਾ ਮੈਂ ਪਰ ਫੀਸ 500 ਰੁਪਏ ਲੱਗਣੀ ਆ ਤਿੰਨਾਂ ਦਾ 1500 ਰੁਪਏ ਲੱਗੂਗਾ ਪਰ ਆ ਗਈ ਨਾ ਆਈ ਨਾ ਸਹੀ ਮੇਰਾ ਜੁਮਾ ਆਸ ਪਾਸ ਆ ਫਿਰ ਮੁਕਰਨਾ ਨਹੀਂ ਇਸ ਗੱਲ ਤੋਂ ਠੀਕ ਹੈ ਜੀ ਚਲੋ ਪੜੋ ਏ ਐਪਲ ਏ ਐਪਲ ਏ ਦਾ ਮਤਲਬ ਏ ਐਪਲ ਏ ਐਪਲ ਸੀ ਕੈਟ ਸੀ ਕੈਟ ਪੜੋ ਪੜੋ ਸ਼ਾਬਾਸ਼ ਸੀ ਕੈਟ ਸੀ ਕੈਟ ਸੀ ਕੈਟ ਸੀ ਕੈਟ ਪੜੋ ਪੜੋ ਸੀ ਕੈਟ ਸੀ ਕੈਟ ਸਾਜੀ ਸਲਾਮ ਅਲੈਕਮ ਸਾਜੀ ਸਲਾਮ ਅਲੈਕਮ ਹਾਂਜੀ ਪੈਸੇ ਤੁਸੀਂ 10 ਲੱਖ ਮੰਗੇ ਆ ਘਰ ਸਾਰਾ ਤੁਹਾਡਾ ਕੱਚਾ ਹੈ ਇੱਥੇ ਬੈਠੋ ਮੁਨਸ਼ੀ ਸਾਹਿਬ ਸਕੂਨ ਨਾਲ ਬਹਿ ਕੇ ਗੱਲ ਕਰਦੇ ਆ ਬਿਸਮਿਲਾ ਜੀ ਬਿਸਮਿਲਾ ਬਹਿ ਜਾਓ ਮੁਨਸ਼ੀ ਸਾਹਿਬ ਕੱਚੇ ਘਰ ਦੇ ਬੜੇ ਫਾਇਦੇ ਨੇ ਤੁਸੀਂ ਤੁਹਾਨੂੰ ਜੀ ਪੂਰਾ ਮਹੱਲਾ ਕਹਿੰਦਾ ਮੁਨਸ਼ੀ ਪਾਗਲ ਮੁਨਸ਼ੀ ਪਾਗਲ ਮੁਨਸ਼ੀ ਪਾਗਲ ਤੁਸੀਂ ਛੱਤ ਦੇ ਥੱਲੇ ਬੈਠੇ ਹੋਵੋ ਛੱਤ ਡਿੱਗ ਪਵੇ ਬਾਲਾ ਵੱਜੇ ਤੁਹਾਡੇ ਸਿਰ 'ਚ ਆ ਫਿਲਮਾਂ 'ਚ ਨਹੀਂ ਵੇਖਿਆ ਕੋਈ ਸ਼ੈ ਵੱਜਦੀ ਹੈ ਤੇ ਯਾਦਾਸ਼ ਵਾਪਸ ਆ ਜਾਂਦੀ ਹੈ ਕਿੱਡਾ ਘਰ ਕੱਚਾ ਓਡੀਆਂ ਕੱਚੀਆਂ ਮਸਾਲਾ ਦੇ ਜਾਂਦੇ ਹੋ ਭਾਈ ਜੀ ਤੁਸੀਂ ਵੀ ਮੁਨਸ਼ੀ ਪਾਗਲ ਗੱਲ ਪਤਾ ਮੈਂ ਜਾਵਾਂ ਫਿਰ ਮੈਂ ਜਾਵਾਂ ਨਹੀਂ ਨਹੀਂ ਮੈਂ ਜਾ ਕੇ ਨੰਬਰਦਾਰ ਨੂੰ ਕਹਿ ਦੇਣਾ ਵੀ ਇਹਨਾਂ ਪੈਸੇ ਨਹੀਂ ਚਾਹੀਦੇ ਉਹ ਨਹੀਂ ਤੁਸੀਂ ਮੁਨਸ਼ੀ ਸਾਹਿਬ ਕਿਉਂ ਗੁੱਸਾ ਕਰ ਗਏ ਬੈਠੋ 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 ਬਹਿ ਜਾਓ ਪਹਿਲੇ ਤੁਸੀਂ ਖੜਾ ਕਰ ਦਿੰਦੇ ਤਾਂ ਉਹ ਕਿ ਤੁਸੀਂ ਬਾਹਰ ਦੇ ਬਿਸਮਿਲਲਾ ਓਏ ਮੇਰੇ ਕਹਿਣ ਦਾ ਮਤਲਬ ਹੈ ਵੇਖ ਲਓ ਮੈਂ ਕਿੱਡਾ ਪਾਗਲ ਆ ਮੈਂ ਖਲੋਤਾ ਵਾਂ ਡਿੱਗ ਤੁਸੀਂ ਪਏ ਮੈਂ ਪਾਗਲ ਮੈਂ ਪਾਗਲ ਪਾਗਲ ਮੈਂ ਨਹੀਂ 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 ਕਹਿ ਦਿਓ ਨਹੀਂ ਨਹੀਂ ਬੈਠੋ ਬੈਠੋ ਆ ਝੋਲਾ ਮੈਨੂੰ ਫੜਾ ਦਿਓ ਇੱਧਰ ਬੈਠੋ ਮੁਨਸ਼ੀ ਸਾਹਿਬ
ਸਰਕਾਰ ਮੁੰਸ਼ੀ ਸਾਹਿਬ ਆਪਣੇ ਹੀ ਘਰ ਸਰ ਸਾਰਾ ਇੱਥੇ ਬੈਠੋ ਆਪਣਾ ਹੀ ਆਪਣਾ ਹੀ ਇੱਥੇ ਬੈਠੋ ਕਦੀ ਉਧਰ ਬੈਠੋ ਤੇ ਕਦੀ ਉਧਰ ਬੈਠੋ ਬੈਠੋ ਇਹਨੂੰ ਕੋ ਪਰੇ ਕਰਦੇ ਹੋ ਤੁਸੀਂ ਯਾਰ ਉਹ ਯਾਰ ਦੇ ਵਿੱਚ ਇਹਨੂੰ ਕੋ ਪਰੇ ਕਰਦੇ ਹੋ ਅਸੀਂ ਕੀ ਕੀਤਾ ਜਨਾਬ ਮੁੰਸ਼ੀ ਸਾਹਿਬ ਅਸੀਂ ਇਹਨੂੰ ਨਹੀਂ ਪਰੇ ਕਰਦੇ ਤੁਸੀਂ ਨਿਸ਼ਾਨਾ ਪੱਕਾ ਕਰਕੇ ਬਵੋ 10 ਲੱਖ ਰੁਪਇਆ ਮੈਨੂੰ ਲੱਗਦਾ ਤੁਹਾਨੂੰ ਚਾਹੀਦਾ ਨਹੀਂ ਹੈਗਾ ਤੁਸੀਂ ਚਾਹੀਦੇ ਪਹਿਲੇ ਨਹੀਂ ਬੈਠੇ ਉਦਾਂ ਬੈਠੋ ਪਾਗਲ 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 ਲਈ ਆ ਓ ਮੁੰਸ਼ੀ ਸਾਹਿਬ ਤੁਹਾਨੂੰ ਕੌਣ ਕਹਿ ਸਕਦਾ ਸੱਚ ਮੈਂ ਕਹਿਣਨੇ ਭਾਜੀ ਪਾਗਲ ਮੈਨੂੰ ਕਿਹਾ ਮਾੜੇ ਮਾੜੇ ਇਹ ਪਿਛਲੇ 5 ਮਿੰਟ ਤੋਂ ਇਹਨੂੰ ਪਾਗਲ ਕਹਿ ਰਿਹਾ ਸੀ ਹਾਂਜੀ 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 ਸ਼ੁਕਰ ਆ ਮੈਨੂੰ ਨਹੀਂ ਸੀ ਕਹਿ ਰਿਹਾ ਯਾਰ ਤੈਨੂੰ ਹੀ ਕਹਿਣਨੇ ਲਾਂਤੀ ਆ ਅੱਛਾ ਗੱਲ ਇਹ ਆ ਕਿ ਤੁਹਾਡੀ ਰਜਿਸਟਰੀ ਦੇਖੀ ਆ ਸੀ ਅੱਛਾ ਜੀ ਕਿੰਨੇ ਸਾਲ ਦੀ ਚਾਹੀਦਾ ਤੁਹਾਨੂੰ 10 ਲੱਖ ਰੁਪਏ ਅਸੀਂ ਜੀ ਜਿਵੇਂ ਅਮਰੀਕਾ ਗਏ ਕਿੰਨਾ ਮਹੀਨੇ ਆਏ ਅਸੀਂ 10 ਲੱਖ ਮੋੜ ਦੇਣਾ ਦੇ ਦੇਣੇ ਕੱਲ ਮੁਕੀ ਲੰਬੜਦਾਰ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ 3 ਮਹੀਨਿਆਂ 'ਚ ਅਗਰ ਪੈਸੇ ਤੁਸੀਂ ਦਿੱਤੇ ਵਾਪਸ ਨਾ ਹਾਂ ਇਹ ਮਕਾਨ ਵੀ ਅਸੀਂ ਜ਼ਬਤ ਕਰ ਲੈਣਾ ਠੀਕ ਹੈ ਤੇ ਮੁੜ ਕੇ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਕੋਈ ਨਹੀਂ ਮੁੰਸ਼ੀ ਸਾਹਿਬ ਗੱਲ ਪਤਾ ਕੀ ਹੈ ਤੁਹਾਡੀ ਪੈਨਸਲ ਹਿਲਣੀ ਹੈ ਸਾਡੇ 3 ਮਹੀਨੇ ਵੱਜ ਜਾਣੇ 6 ਮਹੀਨੇ ਲਿਖ ਦਿਓ ਅਸੀਂ ਤੁਹਾਨੂੰ ਖੁਸ਼ ਕਰ ਦੇਵਾਂਗੇ ਖੁਸ਼ ਕਰ ਦੇਵਾਂਗੇ ਪੱਕੀ ਗੱਲ ਆ ਅੱਲਾ ਦੀ ਰਹਿਮਤ ਨਾਲ ਪੈਸੇ ਜਿਵੇਂ ਬਹੁਤੇ ਕਮਾਏ ਤੇ ਇਲਾਜ ਵੀ ਕਰਾ ਦਾਂਗਾ ਤੇਰਾ ਹਾਂਜੀ ਇੱਥੇ ਸਹਿਣ ਕਰ ਤੇ ਨਾਲ ਅੰਗੂਠਾ ਲਾ ਲਓ ਜੀ ਅੰਗੂਠਾ ਹੀ ਲੱਗਣਾ ਲਓ ਜੀ ਤਿੰਨਾਂ ਭਰਾਵਾਂ ਨੇ ਅੰਗੂਠੇ ਲਾਤੇ ਅਸੀਂ ਤੇ ਹੁਣ ਤੁਸੀਂ ਪੈਸੇ ਦੇ ਦਿਓ ਮੁੰਸ਼ੀ ਸਾਹਿਬ ਵਿੱਚ ਪੈਸੇ ਆ ਕਿ ਕੁੱਤਾ ਛੱਡਣ ਆਏ ਹੋ ਉਹ ਨਹੀਂ ਓਏ ਮੈਂ ਫਿਰ ਜਾਵਾਂ ਨਹੀਂ 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 ਮੈਂ ਫਿਰ ਜਾਵਾਂ ਫਿਰ ਹੁਣ ਤਾਂ ਅੰਗੂਠੇ ਲੱਗ ਗਏ ਲੋਕੀ ਕਹਿੰਦੇ ਮੈਂ ਪਾਗਲ ਆ ਲੋਕੀ ਕਹਿੰਦੇ ਅਸੀਂ ਪਾਗਲ ਆ ਜੀ ਸਹੀ ਕਹਿੰਦੇ ਆ ਮੈਨੂੰ ਤਾਂ ਨਹੀਂ ਨਾ ਕਹਿੰਦੇ ਨਹੀਂ 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 ਤੁਹਾਨੂੰ ਕਿੰਨੇ ਕਹਿਣਾ ਜਦੋਂ ਤੁਸੀਂ ਹੈਗੇ ਹੋ ਜੀ ਆ 10 ਲੱਖ ਰੁਪਇਆ ਮੈਨੂੰ ਫੜਾਵੇ ਮੈਂ ਬਾਕੀ ਦੇਣਨੇ ਆ ਕਿੱਦਾਂ ਪੈਂਦੇ ਆ ਉਹ ਪਾਗਲ ਭਾਈ ਪਿੱਛੋਂ ਝਾੜ ਲਿਓ ਜਾਂਦੇ ਗੱਲ ਕਰਦੇ ਆ ਵੇਖਿਓ ਪਾਗਲ ਹੀ ਤੇਰਾ ਪਿਓ ਉਹ ਕਿੱਦਾਂ ਜੇਬ ਸਾਹਿਬ ਠੀਕ ਹੋ ਹਾਂਜੀ ਫਰਜ਼ੰਦ ਸਾਹਿਬ ਕੀ ਹਾਲ ਹੈ ਜਨਾਬ ਆ ਗਏ ਹੋ ਪਾਕਿਸਤਾਨ 2-4 ਦਿਨ ਹੋ ਗਏ ਮੈਨੂੰ ਅਮਰੀਕਾ ਤੋਂ ਆਏ ਨੂੰ ਤੇ ਮੈਂ ਯਾਰ ਸੋਚਿਆ ਭਰਾ ਨੂੰ ਯਾਦ ਹੀ ਕਰ ਲਈਏ ਅੱਛਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਇੱਕ ਕੰਮ ਯਾਰ ਤੇਰੇ ਨਾਲ ਹਾਂਜੀ ਹਾਂਜੀ ਹੁਕਮ ਲਾਓ ਚਾਚੇ ਦੇ ਮੁੰਡੇ ਸੀ ਯਾਰ ਤੇਰੇ ਨੂੰ ਵਿਹਲੇ ਫਿਰਦੇ ਸੀ ਮੈਂ ਸੋਚਿਆ ਉਹਨੂੰ ਅਮਰੀਕਾ ਲੈ ਜਾਵਾਂ ਅਤੇ ਉਹਨਾਂ ਨੂੰ ਅਮਰੀਕਾ ਭੇਜਣਾ ਵਾ ਹਾਂ ਹਾਂ ਤਾਂ ਕੋਈ ਗੱਲ ਨਹੀਂ ਹੈਗੀ ਪਹੁੰਚ ਜਾਣਗੇ ਭਿਜਵਾ ਦਿਓ ਤੁਸੀਂ ਮੇਰੇ ਕੋਲ ਬਾਕੀ ਸਭ ਖੈਰ ਆ ਸਭ ਠੀਕ ਠਾਕ ਲਾਓ ਨਾ ਤੁਸੀਂ ਕਿਤੇ ਚੱਕਰ ਹਾਂ ਹਾਂ ਮੈਂ ਲਾਵਾਂਗਾ ਚੱਕਰ ਇਨਸ਼ਾਲਾ 2-4 ਦਿਨ ਤੀਕਰ ਤੇ ਇਕੱਠੇ ਚਾਹ ਛਾ ਪੀਵਾਂਗੇ ਅੱਛਾ ਹੁਣ ਮੇਰੀ ਗੱਲ ਸੁਣ ਲਓ ਹਾਂਜੀ ਪੈਸੇ ਦਾ ਬੰਦੋਬਸਤ ਹੋ ਗਿਆ ਵਾ ਉਹ ਭਾਈ ਦੁਰਮਟ ਨੂੰ ਟੈਲੀਫੋਨ ਕਰਕੇ ਦੱਸ ਦੇ ਮੈਂ ਕਹਿੰਦਾ ਬਾਈ ਹੁਣੇ ਹੀ ਆ ਵੀ ਤੂੰ ਚਾਰ ਉਹਨੂੰ ਫੋਨ ਕਰਾਤਾ ਕਰ ਉਹਨੂੰ ਫੋਨ ਕੰਮ ਮੁੱਕੇ ਵਿੱਚੋਂ ਹਾਂ ਸਲਾਮੁਅਲੈਕਮ ਜੀ ਉਹ ਭਾਈ ਦੁਰਮਟ ਹਾਂਜੀ ਪੇਮੈਂਟ ਦਾ ਪੇਮੈਂਟ ਓਕੇ ਹੋ ਗਈ ਹੈ ਜੀ ਸਾਰੀ ਪੇਮੈਂਟ ਦਾ ਹਾਂਜੀ ਬੰਦੋਬਸਤ ਹੋ ਗਿਆ ਅੰਗਰੇਜ਼ੀ ਅੰਗਰੇਜ਼ੀ ਸਿੱਖਣ ਲੈ ਤੁਹਾਨੂੰ ਮੈਂ ਕਿਹਾ ਨੀ ਪੇਮੈਂਟ ਦਾ ਬੰਦੋਬਸਤ ਹੋ ਗਿਆ ਅੰਗਰੇਜ਼ੀ ਆ ਹਾਂ ਹੋ ਗਿਆ ਓਕੇ ਓਕੇ ਯੈਸ ਗੁੱਡ ਨਾਈਟ ਹਾਂ ਓਕੇ ਇੰਗਲਿਸ਼ ਆਈ ਆ ਅੰਗਰੇਜ਼ੀ ਆ ਗਈ ਹੁਣ ਲਓ ਜੀ ਪੂਰੇ ਮਕਾਨ ਦੇ ਆ ਜੀ ਹੈਲੋ ਪੂਰਾ 10 ਲੱਖ ਰੁਪਇਆ ਜੀ ਅੱਛਾ ਜੀ ਗਿਣੇ ਨੇ ਪੈਸੇ ਅਸੀਂ ਤੇ 26-27 ਵਾਰੀ ਗਿਣੇ ਆ ਜੀ ਬਹੁਤ ਅੱਛੀ ਅਸਲ ਚ ਮੈਂ ਹੀ ਫਰਜ਼ੰਦ ਸਾਹਿਬ ਨੂੰ ਕਿਹਾ ਸੀਗਾ ਕਿ ਤੁਹਾਨੂੰ ਮੇਰੇ ਕੋਲ ਭੇਜਣ ਅੱਛਾ ਗੱਲ ਅਸਲ 'ਚ ਇਹ ਹੈਗੀ ਹੈ ਕਿ ਜਿਹੜਾ ਅਮਰੀਕਾ ਹੈ ਨਾ ਬਹੁਤ ਮਾਡਰਨ ਕੰਟਰੀ ਹੈ ਬਹੁਤ ਪੜ੍ਹਿਆ ਲਿਖਿਆ ਮੁਲਕ ਹੈ ਅਤੇ ਉੱਥੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਇੰਗਲਿਸ਼ ਆਉਂਦੀ ਹੋਵੇ ਅਤੇ ਉਹ ਮੈਨੂੰ ਤਾਂ ਪਤਾ ਲੱਗਿਆ ਕਿ ਤੁਸੀਂ ਕਲਾਸਾਂ ਸ਼ਲਾਸਾਂ ਲੈ ਰਹੇ ਸੀ ਇੰਗਲਿਸ਼ ਦੀਆਂ ਹਾਂਜੀ ਹਾਂਜੀ ਅਸੀਂ ਅੰਗਰੇਜ਼ੀ ਸਿੱਖ ਬੈਠੇ ਹਾਂ ਇੰਗਲਿਸ਼ ਕਹੀ ਜਾਂਦੇ ਇਹ ਲੱਗਦਾ ਕੋਈ ਹੋਰ ਮਜ਼ਮੂਨ ਆ ਹਾਂਜੀ ਭਾਜੀ ਵੈਰੀ ਨਾਈਸ ਵੈਰੀ ਨਾਈਸ
बेसिकली तुहानू इत्थे बुलाउण दा मेरा मकसद ये सी कि मैं तुहानू अच्छे तरीके नाल सारा मामला समझा दवां। तुसी चले हैं इस्लामाबाद अमेरिकन एम्बेसी, उन्हां दा स्टाइल ये हुंदा है कि वो चूंकि बहुत पढ़िया लिखिया मुल्क है, इंग्लिश बोली जाती है उत्थे, तो उन्होंने तुहाडे कोलों कुछ खास तरह के सवालात पुछने हुंदे ने। अच्छा, तुसी ये ज़हन च रखना है कि उन्होंने कोई तुहाडे कोलों ऐ छोटे छोटे बच्चों वाले सवाल नहीं पुछने कि व्हाट्स योर नेम। कोई गल नहीं जी, आप अपनी रोटी नाल लैके जावांगे, सानू कोई लोड़ है किसी कोलों खाण दी। की मतलब? तुसी पुछिया नहीं कि व्हाट इज योर नेम। अपने रोड ते एडा सोहना बाटी वाला बैठा, वो अपना वीर है, रौला ही कोई नहीं। ये अंग्रेजी सी? हाँ जी भाजी। तुसी हुण प्लीज खामोश रहना। चलो जी, ये मतलब मैं तो पास हो गया। तुसी दसो जी, व्हाट डू यू डू फॉर योर लिविंग? हाँ जी, मैं राती कटिंग कराई जी, देखो वाल छोटे छोटे कराए आ। तुसी कहने आप होर छोटे कराने, जिदा अमरीका रहा जी उदा आप रहा जी। ये इंग्लिश कितने सी? अंग्रेजी है जी, कटिंग वाल कटिंग आ देखो छोटे छोटे कटिंग। इन्हों का तो बिल्कुल ही बेड़ा कर रखो है। तुसी सरकार हुण अपना मूँह जरा बंद रखना है। पास, तू भी पास। माशाल्लाह माशाल्लाह, ये तुसी ते अपने लोग हुणी सफारी दे जंगलात च फिरन डे। खैर, तुसी मैनू ये दसो के व्हाई आर यू लिविंग फॉर अमेरिका? दिस इज सीएटी कैट कैट, मैंने बिल्ली जी जो भाई। ओ शट अप, जस्ट शट अप। ओ केड़ियां बिल्लियां ते कुत्ते पाई जा रहे हो तुसी, केड़े जानवर इंग्लिश च वाड़ी जा रहे हो? कोई तुहाडा को घर दा माहौल चलन डे है, ये केड़ी अंग्रेजी जिहड़ी तुसी बोलन डे हो? Well done. Just shut up. Thank you. दो मिनटां च, आ दो मिनटां च वेखना तुसी कैसा सोहना अमरीका पहुंचदे। भाई इन्हां को लगदा जहाज ते यही है। सोहेल जी सर। सोहेल, इन्हां नूं दो मिनटां च अमरीका सिट के आ, ये मैनूं मेरे ऑफिस दे आस पास नजर नहीं आने चाहिए। चलो उठो जल्दी करो। लो ओ भाई, उठो आउट आउट। भाई की मैं क्या भाई, ऐसी हुण पास है ना? मैं क्या सॉरी भाई, सॉरी भाई, सॉरी। चलो भाई, चलो चलो चलो, सवेरे टाइम ना लाना है, फीस भी ले के। अस्सलाम वालेकुम। अस्सलाम वालेकुम जी। सर जी मैं नहीं तुहाडे नाल बोलदा। की होया? तुसी सानू अंग्रेजी पूरी नहीं सिखाई। मतलब सानू हर बंदा कहंदा थोनू कख नहीं आउंदा। उस्ताद जी असि कल गए आ उथे, हां, जिथो असि अमरीका जाना बह गए, हां। ओ कहंदा हो आर यू, हां। मैं कहा पैसे दे असि पूरे दित्ते है। ओ कहंदा दहावो बार, तानू हो आर यू दा नहीं पता हैगा। हां जी, ते तुसी लेट नहीं क्यों आए? लेट उस्ताद जी, तुसी कल किया नहीं की के पर्चा देना है? हां जी, हां ते पर्चा देना तुसी अज्ज? असि अल्लाह दी कसम ठाणे आउणे पर्चा दे के आए। की मतलब इस गल दा? ओ ते उस्ताद जी उथे डाला नहीं सी, आने ते साडे नाल आना सी। उहनां ने कहा तुसी जाओ, असि उहनूं फड़ना। मैनूं फड़ना? हां जी, कोई ऐसी गल नहीं, सोटी ते मैं फड़ी हुई है। हां जी, ते तुसी एदां करो, उहनां ने पता नहीं मैनूं फड़ना कि नहीं फड़ना, तुसी कन्न फड़ो, कन्न फड़ो। असि कन्न फड़ीए हुण? कन्न फड़ो, आ फड़े आ जी, कन्न फड़ो। आवाज वी कड्डो। ਕਿਹੜੀ ਆਵਾਜ਼? ਕੁੱਕੜ ਦੀ ਕੱਢਣੀ ਆ, ਹੋਰ ਕੀ, ਖੋਤੇ ਦੀ ਕੱਢਣੀ ਆ? ਤੂੰ ਕੁੱਕੜ ਬਣਿਆ? ਕੁੱਕੜ ਬਣੋ, ਇਹ ਨਾ ਕੁੱਕੜੀ ਆ, ਕੁੱਕੜ ਦੀ ਕੱਢੋ, ਡਿੱਗੀ ਉੱਪਰ ਕਰੋ, ਡਿੱਗੀ ਉੱਪਰ ਕਰੋ, ਕੁੱਕੜੋ ਕੁੜੋ। ਕੀ ਗੱਲ ਹੈ, ਬੁੱਢਾ ਕੁੱਕੜਾ ਹੈ? ਕੁੱਕੜੋ ਕੁੜੋ, ਚੱਲ ਬਾਈ। ਕੀ ਗੱਲ, ਕੁੱਕੜ ਦੇ ਉੱਤੇ ਪੈਰ ਆ ਗਿਆ ਕਿਸੇ ਦਾ? ਹੈ ਉੱਠ ਕੇ ਖੜਾ ਜਾ। ਪਰਚਾ ਦੱਸੋ, ਮੈਂ ਕਿਹਾ ਕਿ ਸਵੇਰੇ ਤੁਸੀਂ ਅੰਗਰੇਜ਼ੀ ਦਾ ਪਰਚਾ ਦੇਣਾ ਹੈ, ਤੇ ਤੁਸੀਂ ਮੇਰੇ ਤੇ ਪਰਚਾ ਦੇ ਆਂਦਾ? ਪਰਚਾ ਹੀ ਸੀ। ਇਹ ਤੁਹਾਨੂੰ ਅਮਰੀਕਾ ਭੇਜਣ ਕੌਣ ਡਿਆ? ਸਾਡਾ ਕਜ਼ਨ ਭਾਜੀ ਨੂੰ ਪਤਾ। ਕੀ ਨਾਂ ਉਹਦਾ? ਉਹਦਾ ਨਾਂ ਦੁਰਮਟ, ਦੁਰਮਟ ਜੀ, ਦੁਰਮਟ। ਕਿਹੜਾ ਦੁਰਮਟ ਭਲਾ? ਉਹ ਫਰਜ਼ੰਦ। ਅੱਛਾ 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 ਅੱਛਾ, ਉਹ ਜਿਹੜਾ ਅਮਰੀਕਾ ਗਿਆ ਸੀ 10 ਸਾਲ ਪਹਿਲੇ? ਹਾਂਜੀ ਹਾਂਜੀ ਹਾਂਜੀ, ਉਹ ਤੁਹਾਨੂੰ ਭੇਜਣ ਡਿਆ? ਹਾਂਜੀ। ਆਇਆ ਉਹ? ਹਾਂਜੀ। ਮਾਲੀ ਸਾਹਿਬ, ਟਾਈਮ ਨਾਲ ਆਇਆ ਕਰੋ, ਸਮਝ ਲੱਗੀ ਨਾ, 11 ਵਜੇ ਸੁੱਤੇ ਪਏ ਉੱਠ ਕੇ ਆਉਣ ਆ ਜਾਂਦੇ ਜੀ, ਕੋਈ ਹਾਲ ਨਹੀਂ ਗਾ। ਵਾਲੇਕੁਮ ਸਲਾਮ। ਫਰਜ਼ੰਦ ਸਾਹਿਬ ਨੂੰ ਮਿਲਣਾ ਜੀ? ਹਾਂਜੀ, ਆ ਜਾਓ। ਸਮਝ ਲੱਗੀ ਨਾ, ਇਹਦਾ ਧਿਆਨ ਧੁਨ ਕਰ ਮੇਰਾ ਪੁੱਤਰ। ਫਰਜ਼ੰਦ ਸਾਹਿਬ ਨੂੰ ਮਿਲਣਾ ਜੀ? ਜੀ, ਫਰਜ਼ੰਦ ਸਾਹਿਬ ਵੀ ਖਲੋਤਾ ਤੁਹਾਡੇ ਅੱਗੇ ਸਰ। ਦੱਸੋ ਕੀ ਹਾਲ ਚਾਲ ਹੈ ਜੀ? ਠੀਕ ਠਾਕ। ਤੁਸੀਂ ਕੌਣ ਹੋ?
मैं स्कूल टीचर हाँ जी। अच्छा ते ओ तुहाडे कजना ने दस्या सी जी। अच्छा कि तुसी अमरीका तो आए हैं ना जी। मैं क्या जी असी भी दीदार करे आई इस साहबां दा। ओ मट साहब तुसी तो साडी इज्जत वाली जगह जे। बाकी माली साहब कुर्सियां फड़ दो उतो। मैं जिले अंदर वड़ रहा सी ना जी। हाँ जी हाँ जी। तो उस टाइम मेरी नज़र पई तुहाडे ते जिले। अच्छा मैं क्या इन्ने खूबसूरत लोग जिहड़े आ ओ पाकिस्तान च तां हुंदे ही नहीं जी। माशाल्लाह जिन्ना तुहाडा रंग साफ आ जिन्ना लाटा मारन डिया रंग साडे तां इत्थे नहीं इन्ना नूर हुंदा बंदियां दे मुंहां ते जी। ओ जी साडा सारा माशाल्लाह खानदान सोहणा है माशाल्लाह। हाँ बस कोई कई खानदान इदा दे होंदे आ ना जी। सारा पूरा पूरा खानदान सोहने होंदे ने। तुहाडा खानदान भी माशाल्लाह। जिम जुम जाने उत्थे आ ना जी मेरे ख्याल। इत्थे तां बंदे ढिड कड्डी फिरदे आ बुरे हाल बौंके दिहाड़े। माशाल्लाह तुहाडी फिटनेस देखो ना। बस जी ये सेहत भी तो रब किसी किसी नूं दिंदा ना माशाल्लाह। वो मिलने मेरे को सीखण आउंदे ना जी अंग्रेजी तो फिर तुहाडियां गल्लां बातां ये शरीक शरीक ही होंदे ने जी। ते बहुत तुहाडियां बदखोईयां तुहाडे खिलाफ गल्लां गालां भी कढ़दे ने तुहानूं जी। ओ मैनूं कहिंदे कढ़दे? हाँ जी हाँ जी। मैनूं? हाँ जी। उहनां दी इन्नी जुर्त? ओ जी बंदे नूं ना किसे ते आसान भी ना उहदी नसल वेख के करना चाहीदा। तुसीं बस रिश्तेदारी पाली है ते उह बस तुहाडे अगे आ के मिठे प्यारे हो जांदे आ। बाहर लोगों नूं तुहाडे खिलाफ बड़ियां ही गल्लां करदे ने तुहाडे बारे च कि जी वो पहले जान तो पहले खोता रेड़ी चलाउंदे सीगे ये वो। मैं कह यार ये तो रब की रहमत है ना जी। जित भी हो जाए हुण तुहाडे ते रब की रहमत हुई है। मैं जदों दा आके बैठा हाँ एडे अच्छे इंसान इस दुनिया सर तुहाडे वर्गे हुण नहीं लभदे। हुण ते बंदा लभदा ही नहीं चंगा। मतलब देखो ना मैं तुहाडे कोल बैठा हाँ मैनूं इंज लगन डिया मैं दुनिया के चंगे तरीन बंदे को बैठा हाँ। मतलब तुहाडा इन्ना नूर चेहरे ते तुहाडे तुहाडा अखलाक एडा अच्छा तुहाडी गुफ्तगू एडा नरम लहजा मतलब कदों इदां दे बंदे लभदे आ। लेकिन वह बदनसीब ने जी। बंदा आप चंगा होवे ना जी तुहानूं सारे चंगे लगदे ने। तुसीं मास्टर जी आप बड़े अच्छे हो इसलिए तुहानूं सारे अच्छे लगदे ने। मेहरबानी जी। बस मेहरबानी तुहाडी जी। सर जी मुझे गल दसो तुहानूं अंग्रेजी पूरी आउंदी है? हाँ जी हाँ जी। अपने पिंड ना जी अंग्रेज़ आए से घूमण फिरन ते ओ 15-20 दिन मैं उन्हां नाल अंग्रेजी फुल गल्लां कीतियां जी सारियां। बाकी तां किसे नूं पिंड च पता ही नहीं अंग्रेजी की हुंदी। जरा तुहाडे गल करी जरा कानूरे करो। किहदा आ गया फोन? उस्ताद जी दा। हेलो सलाम अलैकुम उस्ताद जी। अच्छा तुसी ना 3-4 दिन हुण नहीं आउणा आ मेरे को ट्यूशन पढ़न। क्यों उस्ताद जी कोई गलती हो गई साडे? मैं ना फौतगी ते जा रहा ते ए भी हो सकदा उत्थे दूसरी फौतगी हो जावे ते कहण डै सी शायद तीसरी भी हो जावे। हां ते तुसी 5-7 दिन नहीं आउणा ते अपनी अंग्रेजी रज रज के पढ़नी है ठीक है? चंगा रब दे हवाले। तीसरी भी दूसरी भी पहली भी। ओए टू ब्रदर आई एम कमिंग ब्रदर। ओए कम हेयर हो जाओ। आ रहे हैं सिंगल ब्रदर। आ जाओ होमवर्क कर लो। होमवर्क 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 तो मैंने करके भी आ दोए हैं। अंग्रेजी कर लो पूरी अपनी याद। मैंने तो बहुत सारी कर ली है। अच्छा हाँ मैंने जेड तक सारी इंग्लिश याद कर ली है। भाजी आप कहने नु बलून कहंदे है? नहीं इसे इंग्लिश में कहते हैं। मैं तुम्हारे वास्ते खाता दिता है। मास्टर जहाज साहब ने? हाँ जी मास्टर जहाज साहब ने खत दिता है। ये खत का गली दिता हो यार नाल दी गली जी तरेंदे। आहो जी कोई गलबात हुंदी ते आन के आप दस देंदे। सही गल्ला देखो सही की लिखे है। अस्सलाम वालेकुम मेरे होनहार शगिरदो। मेनू माफ कर देना मेरे सोहणे शगिरदो। मैं तुहाडे वीजे ते अमरीका पहुंच गया ते मैं 10 साल बाद आन के तुहाडा 10 लाख मोड़ देंगा ताहर को ते तारक दे कोलों
1200 रुपया फीस ले लियो तो 10 लाख दे के मैं 1200 फीस वापस ले लांगा। चुप कर जाओ, मैं हुणी उस्ताद नूं फोन करदा। छेती कर, छेती। हेलो उस्ताद जी। शट अप उस्ताद जी, यू मेंटल। हां हां ਕਹਿੰਦਾ ਹੈਲੋ ਯੂ ਬਾਸਟਰਡ। ਆਗੂ ਅੰਗਰੇਜ਼ੀ ਬੋਲੀ ਉਹਨੇ। ਤੁਹਾਨੂੰ ਮੈਂ ਕਿਹਾ ਸੀ ਨਾ ਕਿ ਸਾਨੂੰ ਪੂਰੀ ਅੰਗਰੇਜ਼ੀ ਨਹੀਂ ਦੱਸਣ ਡਿਆ। ਇਹ ਮੈਂ ਅੱਗੇ ਵੀ ਕਿਸੇ ਸਿਆਣੇ ਕੋਲ ਸੁਣਿਆ ਕਿ ਉਸਤਾਦ ਕੋਈ ਨਾ ਕੋਈ ਗੁਰ ਰੱਖ ਲੈਂਦੇ ਆ। ਓਏ ਅਸੀਂ ਤੇ ਫਿਰ ਲੁੱਟੇ ਗਏ, ਅਸੀਂ ਤੇ ਬਰਬਾਦ ਹੋ ਗਏ ਬਾਈ। 10 ਲੱਖ ਰੁਪਈਆ ਜਿਹੜਾ ਨੰਬਰਦਾਰ ਕੋਲ ਲਿਆ ਵਾ ਹੁਣ ਕਿੱਦਾਂ ਮੋੜਾਂਗੇ? ਆ ਮਕਾਨ ਹੀ ਮੋੜਨਾ ਪੈਣਾ ਹੁਣ। ਪੰਜਾਬੀ ਪੜ੍ਹ ਪੁੜ ਕੇ ਕੰਮ ਸਾਰ ਲਿਓ, ਅੰਗਰੇਜ਼ੀ ਦੇ ਦੁਆਲੇ ਲਾਇਓ। ਅੰਗਰੇਜ਼ੀ ਸਿੱਖਣ ਦਾ ਪਾਗਲ ਵੀ ਆਉਂਦਾ ਹੋਣਾ ਮਕਾਨ ਦਾ ਕਬਜ਼ਾ ਲੈ।